ਸਤਿ ਸ਼੍ਰੀ ਅਕਾਲ ਦਾ ਖਾਲਸ ਟੀਵੀ ਦੇਖ ਰਹੇ ਹੋ ਮੈਂ ਤੁਹਾਡੇ ਨਾਲ ਰਾਹੁਲ ਕਾਲਾ ਤੇ ਅੱਜ ਦੀ ਖਾਸ ਰਿਪੋਰਟ ਲੈ ਕੇ ਹਾਜ਼ਰ ਹੋਇਆ ਰਿਪੋਰਟ ਤਿਆਰ ਕੀਤੀ ਗਈ ਹੈ ਮਨਪ੍ਰੀਤ ਬਾਦਲ ਦੇ ਰਿਪੋਰਟ ਕਾਰਡ ਦੇ ਉੱਪਰ ਤਾਂ ਸਿਆਸੀ ਸਫ਼ਰ ਕਿਵੇਂ ਦਾ ਹੁੰਦਾ ਹੈ ਅਕਸਰ ਅਸੀਂ ਸੁਣਨ ਨੂੰ ਆਉਂਦਾ ਹੈ ਕਿ ਸਿਆਸਤ ਦੇ ਵਿੱਚ ਕੋਈ ਕਿਸੇ ਦਾ ਸਖਾ ਨਹੀਂ ਹੁੰਦਾ ਤਾਂ ਕੋਈ ਕਿਸੇ ਦਾ ਵੈਰੀ ਨਹੀਂ ਹੁੰਦਾ ਕਦੋਂ ਜਫੀਆਂ ਪੈ ਜਾਣ ਜਾਂ ਫਿਰ ਕਦੋਂ ਮੂੰਹ ਮਲਾਜ਼ਾ ਇੱਕ ਦੂਜੇ ਦੇ ਨਾਲ ਤੋੜਨਾ ਪੈ ਜੇ ਇਹ ਕੁਝ ਵੀ ਸਿਆਸਤ ਦੇ ਵਿੱਚ ਮੁਮਕਿਨ ਨਹੀਂ ਹੈ ਤਾਂ ਮਨਪ੍ਰੀਤ ਬਾਦਲਦੇਵ ਉਪਰਾਜਾ ਸੀ ਖਾਸ ਖਬਰ ਤਿਆਰ ਕੀਤੀ ਹੈ ਤਾਂ ਸ਼ੁਰੂਆਤ ਕਰਾਂਗੇ ਅਸੀਂ ਪਹਿਲਾ ਅਕਾਲੀ ਦਲ ਛੱਡਿਆ ਫਿਰ ਆਪਣੀ ਪਾਰਟੀ ਬਣਾਈ ਪੀਪਲਸ ਪਾਰਟੀ ਆਫ ਪੰਜਾਬ ਫਿਰ ਕਾਂਗਰਸ ਦੇ ਵਿੱਚ ਆਏ ਤੇ ਹੁਣ ਕਾਂਗਰਸ ਨੂੰ ਵੀ ਅਲਵਿਦਾ ਆਖ ਦਿੱਤਾ ਤੇ ਭਾਜਪਾ ਦੇ ਵਿੱਚ ਮਨਪ੍ਰੀਤ ਸਿੰਘ ਬਾਦਲ ਆ ਚੁੱਕੇ ਨੇ ਸਿਆਸੀ ਸਫ਼ਰ ਇਹਨਾਂ ਦਾ ਇੱਥੇ ਨਹੀਂ ਖਤਮ ਹੁੰਦਾ ਸਗੋਂ ਹੁਣ ਤਾਂ ਨਵੀਂ ਪਾਰੀ ਸ਼ੁਰੂ ਹੋਈ ਹੈ ਮਨਪ੍ਰੀਤ ਬਾਦਲ ਭਾਜਪਾ ਹੀ ਬਣ ਚੁੱਕੇ ਨੇ ਚੰਡੀਗੜ੍ਹ ਦੇ ਦਿੱਲੀ ਦੇ ਵਿੱਚ ਜਾ ਕੇ ਹਾਈ ਹੈੱਡ ਆਫਿਸ ਦੇ ਵਿੱਚ ਜਾ ਕੇ 7 ਸਾਲਾਂ ਦਾ ਕਾਂਗਰਸ ਦਾ ਸਾਥ ਛੱਡਦੇ ਹੋਏ ਭਾਜਪਾ ਦੇ ਵਿੱਚ ਸ਼ਾਮਲ ਹੁੰਦੇ ਨੇ ਮਨਪ੍ਰੀਤ ਬਾਦਲ ਦਾ ਕੀ ਸਿਆਸੀ ਕਰੀਅਰ ਇੱਥੇ ਖਤਮ ਹੋ ਜਾਵੇਗਾ ਜਾਂ ਫਿਰ ਹੋਰ ਉੱਚਾ ਹੋਵੇਗਾ ਇਹ ਡਿਪੈਂਡ ਕਰੇਗਾ ਪੰਜਾਬ ਦੇ ਵਿੱਚ ਭਾਜਪਾ ਦੀ ਕਿਦਾਂ ਦੀ ਸਥਿਤੀ ਰਹਿੰਦੀ ਹੈ ਸਿਆਸੀ ਜ਼ਮੀਨ ਭਾਜਪਾ ਜੋ ਤਲਾਸ਼ ਰਹੀ ਹੈ ਉਸ ਨੂੰ ਲੈ ਕੇ ਹੀ ਜੋ ਪੰਜਾਬ ਦੇ ਬਾਕੀ ਸਾਰੇ ਲੀਡਰ ਅ ਵੱਡੇ ਕਾਂਗਰਸੀ ਲੀਡਰ ਜਾਂ ਫਿਰ ਹੋਰ ਵੀ ਜਾ ਰਹੇ ਨੇ ਬੀਜੇਪੀ ਦੇ ਵਿੱਚ ਇਹ ਬੀਜੇਪੀ ਦਾ ਧਰਾਤਲ ਕੀ ਹੈ ਇਹ ਹੀ ਤੈਅ ਕਰੇਗਾ ਤਾਂ ਮਨਪ੍ਰੀਤ ਬਾਦਲ ਦੇ ਜੇਕਰ ਅਸੀਂ ਪਿਛੋਕਰ ਤੇ ਝਾਤ ਮਾਰੀਏ ਤਾਂ ਉਸ ਤੋਂ ਪਹਿਲਾਂ ਜੋ ਤਾਜ਼ਾ ਮਾਮਲਾ ਕਟਨਾ ਕਰ ਕਟਨਾ ਕਰਮ ਵਾਪਰਦਾ ਹੈ ਤਾਂ ਉਸ ਦੇ ਵੱਲ ਸਭ ਤੋਂ ਪਹਿਲਾਂ ਧਿਆਨ ਦੇਣੇ ਆ ਮਨਪ੍ਰੀਤ ਬਾਦਲ ਨੇ ਸਭ ਤੋਂ ਪਹਿਲਾਂ ਰਿਜ਼ਾਨਪਾਇ ਅਰੀਜ਼ਾਨ ਪਾਇਆ ਤਾਂ ਉਸ ਦੇ ਵਿੱਚ ਕਿਹਾ ਕਿ ਮੈਂ 7 ਸਾਲ ਪਹਿਲਾਂ ਬਹੁਤੀ ਆਸਾਂ ਦੇ ਨਾਲ ਪੀਪਲਜ਼ ਪਾਰਟੀ ਆਫ ਪੰਜਾਬ ਨੂੰ ਇੱਕ ਅਜਿਹੀ ਪਾਰਟੀ ਦਾ ਹਿੱਸਾ ਬਣਾਇਆ ਇਸ ਕੋਲ ਅਮੀਰ ਵਿਰਾਸਤ ਦਾ ਇਤਿਹਾਸ ਸੀ ਜੋ ਮੈਨੂੰ ਪੰਜਾਬ ਦੇ ਲੋਕਾਂ ਪੰਜਾਬ ਦੇ ਹਿੱਤਾਂ ਅਤੇ ਮੇਰੀ ਸਮਰੱਥਾ ਅਨੁਸਾਰ ਕੰਮ ਕਰਨ ਦਾ ਮੌਕਾ ਦੇ ਸਕਦੀ ਸੀ ਮੈਂ ਗਹਿਰੇ ਦੁੱਖ ਨਾਲ ਇੰਡੀਅਨ ਨੈਸ਼ਨਲ ਕਾਂਗਰਸ ਦੀ ਮੋਡਰਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਰਿਹਾ ਤਾਂ ਮੌਕਾ ਸ਼ਾਇਦ ਮਨਪ੍ਰੀਤ ਬਾਦਲ ਨੂੰ ਮਿਲਿਆ ਵੀ ਸੀ ਮੰਤਰੀ ਰਹੇ ਨੇ 5 ਸਾਲ ਵਿੱਤ ਮੰਤਰੀ ਰਹੇ ਨੇ ਮੰਤ్రਾਲਾ ਤੁਹਾਡੇ ਕੋਲ ਸੀ ਪਰ ਤੁਸੀਂ ਤਾਂ ਇੱਕ ਹੀ ਰਾਗ ਉਲੀਕਿਆ ਕਿ ਪੀਪੇ ਖਾਲੀ ਹੈ ਖਜ਼ਾਨਾ ਖਾਲੀ ਹੈ ਇਸ ਸਵਾਲ ਜਿਹੜੇ ਆਮ ਆਦਮੀ ਪਾਰਟੀ ਅਕਸਰ ਉਠਾਉਂਦੀ ਰਹੀ ਹੈ ਤਾਂ ਹੁਣ ਭਾਜਪਾ ਦੇ ਵਿੱਚ ਸ਼ਾਮਲ ਹੋ ਹੋ ਗਏ ਨੇ ਵੈਸੇ ਜੇਕਰ ਦੇਖਿਆ ਜਾਵੇ ਤਾਂ ਕੈਪਟਨ ਅਮਰਿੰਦਰ ਸਿੰਘ ਦੇ ਕਾਂਗਰਸ ਛੱਡਣ ਤੋਂ ਬਾਅਦ ਸ਼ਾਇਦ ਮਨਪ੍ਰੀਤ ਬਾਦਲ ਦਾ ਕਾਂਗਰਸ ਦੇ ਅੰਦਰ ਦਮ ਘੁੱਟਣ ਲੱਗਿਆ ਸੀ ਤੇ ਨਾਲ ਦੀ ਨਾਲ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਨਾਲ ਵੀ ਉਹਨਾਂ ਦੀ ਜ਼ਿਆਦਾਤਰ ਨਹੀਂ ਬਣ ਰਹੀ ਸੀ ਰਾਜਾ ਬੜਿੰਗ ਨੇ ਤਾਂ 1 ਸਾਲ ਪਹਿਲਾਂ ਮਨਪ੍ਰੀਤ ਬਾਦਲ ਤੋਂ ਅਸਤੀਫੇ ਦੀ ਮੰਗ ਕੀਤੀ ਸੀ ਰਾਹੁਲ ਗਾਂਧੀ ਨੂੰ ਕਿਹਾ ਸੀ ਕਿ ਇਹਨਾਂ ਨੂੰ ਕਾਂਗਰਸ ਤੋਂ ਬਾਹਰ ਕੱਢੇ ਜਾਵੇ ਅਜਿਹੀ ਅਪੀਲ ਕੀਤੀ ਸੀ ਰਾਹੁਲ ਗਾਂਧੀ ਦੇ ਨਾਲ ਨੇਤਾ ਵੀ ਮਨਪ੍ਰੀਤ ਬਾਦਲ ਦੀ ਘਟੀ ਪੰਜਾਬ ਦੇ ਵਿੱਚ ਭਾਰਤ ਜੋੜੋ ਯਾਤਰਾ ਪਹੁੰਚਦੀ ਹੈ तमाम ਕਾਂਗਰਸ ਦੀ ਸਮੁੱਚੀ ਲੀਡਰਸ਼ਿਪ ਰਾਹੁਲ ਗਾਂਧੀ ਦੇ ਨਾਲ ਕਦਮ ਦਰ ਕਦਮ ਮਲਾ ਕੇ ਚੱਲਦੀ ਹੈ ਹਿਮਾਚਲ ਦੇ ਵਿੱਚ ਪਹੁੰਚ ਜਾਂਦੇ ਨੇ ਪਰ ਮਨਪ੍ਰੀਤ ਬਾਦਲ ਇੱਥੋਂ ਵੀ ਗੈਰ ਹਾਜ਼ਰ ਰਹਿੰਦੇ ਨੇ ਫਿਰ ਜਦੋਂ ਯਾਤਰਾ ਪੰਜਾਬ ਦੇ ਵਿੱਚੋਂ ਬਾਹਰ ਨਿਕਲਦੀ ਹੈ ਤਾਂ ਮਨਪ੍ਰੀਤ ਬਾਦਲ ਇੱਕ ਲੈਟਰ ਲਿਖਦੇ ਨੇ ਰਾਹੁਲ ਗਾਂਧੀ ਦੇ ਨਾਮ ਜਿਸ ਦੇ ਵਿੱਚ ਉਹਨਾਂ ਨੇ ਆਪਣਾ ਅਸਤੀਫਾ ਲਿਖਿਆ ਹੁੰਦਾ ਵੈਸੇ ਤਾਂ ਅਸਤੀਫਾ ਜਿਹੜਾ ਆ ਉਹ ਕਾਂਗਰਸ ਦੇ ਪ੍ਰਧਾਨ ਨੂੰ ਜਾਂਦਾ ਤੇ ਕਾਂਗਰਸ ਦੇ ਸਮੇਂ ਪ੍ਰਧਾਨ ਜਿਹੜੇ ਹੈਗੇ ਮਲਕਾ ਅਰਜੁਨ ਖੜਗੇ ਆ ਤੇ ਅਜਿਹੇ ਚ ਪਾਰਟੀ ਦੇ ਅੰਦਰ ਦਾ ਮਸਲਾ ਹੈ ਅਸਤੀਫਾ ਫਿਲਹਾਲ ਦੇ ਚੁੱਕੇ ਨੇ ਤੇ ਮਨਪ੍ਰੀਤ ਨੇ ਰਿਜ਼ਾਈਨ ਦੇ ਉੱਪਰ ਵੀ ਰਾਜਾ ਬੜਿੰਗ ਨੇ ਤੰਜ ਕੱਸੇ ਨੇ ਜਿਵੇਂ ਮਨਪ੍ਰੀਤ ਬਾਦਲ ਦਾ ਸ਼ਾਇਰਾਨਾ ਅੰਦਾਜ਼ ਅਸੀਂ ਅਕਸਰ ਦੇਖਦੇ ਰਹੇ ਹਾਂ ਕਾਨਫਰੰਸਾਂ ਦੇ ਵਿੱਚ ਜਾਂ ਫਿਰ ਕੋਈ ਉਹਨਾਂ ਦੀ ਬਾਈਟ ਹੁੰਦੀ ਸੀ ਤਾਂ ਉਹਨਾਂ ਦੇ ਵਿੱਚ ਸ਼ਾਇਰانہ ਅੰਦਾਜ਼ ਦੇ ਵਿੱਚ ਉਹ ਗੱਲ ਕਰਦੇ ਰਹੇ ਨੇ ਤਾਂ ਹੁਣ ਅਜੇ ਹਾਈ ਇੱਕ ਟਵੀਟ ਨਹੀਂ ਦੋ ਟਵੀਟ ਹੋਏ ਨੇ ਪਹਿਲਾ ਅਮਰਿੰਦਰ ਸਿੰਘ ਰਾਜਵੜਿੰਗ ਨੇ ਕੀਤਾ ਦੂਸਰਾ ਆਮ ਆਦਮੀ ਪਾਰਟੀ ਨੇ ਕੀਤਾ ਤੇ ਰਾਜਵੜਿੰਗ ਕੀ ਕਹਿ ਰਹੇ ਨੇ ਪੀਪਲ ਦੇ ਆ ਪੱਤਿਆ ਵੇ ਕਿਹੀ ਖੜਖੜ ਲਾਈ ਐ ਪੱਤ ਝੜੇ ਪੁਰਾਣੇ ਵ ਰੁੱਤ ਨਵੇਂ ਆਂ ਦੀ ਆਈ ਐ ਮਨਪ੍ਰੀਤ ਬਾਦਲ ਦੇ ਖਿਲਾਫੇ ਦਿਆਣਾ ਤਾਂ ਉਸ ਤੋਂ ਬਾਅਦ ਇੱਕ ਹੋਰ ਅਮਰਿੰਦਰ ਸਿੰਘ ਰਾਜਾ ਬੜਿੰਗ ਟਵੀਟ ਕਰਦੇ ਆ ਇਸ ਤੋਂ ਪਹਿਲਾਂ ਤੇ ਉਸ ਦੇ ਵਿੱਚ ਪੜਾਸ ਕੱਢਦੇ ਨੇ ਕਹਿੰਦੇ ਨੇ ਕਿ ਮਨਪ੍ਰੀਤ ਬਾਦਲ ਪੈਦਾਸ਼ੀ ਸੱਤਾ ਦਾ ਭੁੱਖ ਹੈ ਬਾਦਲ ਨੇ ਇਹ ਜਾਣ ਕੇ ਕਾਂਗਰਸ ਜੁਆਇਨ ਕੀਤੀ ਸੀ ਕਿ ਪਾਰਟੀ ਜਿੱਤ ਰਹੀ ਹੈ ਬਾਦਲ ਲਈ 5 ਸਾਲ ਤੱਕ ਸੱਤਾ ਤੋਂ ਬਾਹਰ ਰਹਿਣਾ ਬਹੁਤ ਹੀ ਲੰਬਾ ਸਮਾਂ ਜਿਸ ਕਰਕੇ ਉਹਨਾਂ ਨੇ ਹੁਣ ਰਿਜ਼ਾਈਨ ਦਿੱਤਾ ਤੇ ਇਹ ਕਾਰਨ ਹੈ ਤਹਾਨੂੰ ਦੂਸਰੇ ਪਾਸੇ ਆਮ ਆਦਮੀ ਪਾਰਟੀ ਨੇ ਵੀ ਇਸ਼ਾਰਾ ਨਾਂ ਅੰਦਾਜ਼ ਦੇ ਵਿੱਚ ਕੱਲਾ ਬਾਦਲ ਨੂੰ ਨਹੀਂ ਪੂਰੀ ਕਾਂਗਰਸ ਨੂੰ ਟਾਰਗੇਟ ਕੀਤਾ ਤਾਂ ਕੀ ਕਹਿ ਰਹੇ ਨੇ ਮਾਲਵਿੰਦਰ ਸਿੰਘ ਕੰਗ ਮੁਖ ਬੁਲਾ ਰਹੇ ਉਹ ਕਹਿ ਰਹੇ ਨੇ ਕਿ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਜਾਰੀ ਹੈ ਕਾਂਗਰਸ ਦੇ ਵਿਖਰਨ ਦਾ ਸਿਲਸਲਾ ਭਾਰੀ ਹੈ ਬੱਕਰੇ ਦੀ ماں ਕਦ ਤੱਕ ਖੈਰ ਮਨਾਏਗੀ ਜੋ ਜੋ ਟੈਕਸ ਦੀ ਵੀ ਪੰਜਾਬ ਸਰਕਾਰ ਜਾਂਚ ਕਰਾਏਗੀ ਵੈਸੇ ਤਾਂ ਵਿਜੀਲੈਂਸ ਬਠਿੰਡਾ ਰੈਫਾਇਨਰੀ ਨੂੰ ਲੈ ਕੇ ਵੀ ਜਾਂਚ ਪੜਤਾਲ ਉਹਨਾਂ ਨੇ ਫਾਈਲਾਂ ਖੋਲ੍ਹ ਦਿੱਤੀਆਂ ਜੋ ਕੈਮੀਕਲ ਯੂਨਿਟ ਦੀ ਉਸਾਰੀ ਦੇ ਦੌਰਾਨ ਟਰਾਂਸਪੋਰਟਰਾਂ ਤੋਂ ਗੁੰਡਾ ਟੈਕਸ ਲਿਆ ਜਾਂਦਾ ਸੀ ਪ੍ਰਤੀ ਟਰਾਲਾ 5000 ਰੁਪਏ ਵਸੂਲੇ ਜਾਂਦਾ ਸੀ ਤਾਂ ਹੁਣ ਇਸ ਦੇ ਵਿੱਚ ਕਿਸ-ਕਿਸ ਲੀਟਰ ਦਾ ਨਾਮ ਆਵੇਗਾ ਤਾਂ ਕੌਣ ਬਚਦਾ ਹੈ ਇਹ ਜਿਹੜਾ ਵਿਜੀਲੈਂਸ ਦੀ ਜਾਂਚ ਪੜਤਾਲ ਤੋਂ ਬਾਅਦ ਹੀ ਪਤਾ ਚਲੇਗਾ ਤੇ ਹੁਣ ਭਾਜਪਾ ਦਾ ਪੱਲਾ ਫੜਦੇ ਹੋਏ ਅਮਿਤ ਸ਼ਾਹ ਨੂੰ ਪਹਿਲਾਂ ਤਾਂ ਮਨਪ੍ਰੀਤ ਬਾਦਲ ਨੇ ਕਿਹਾ ਕਿ ਇਹ ਸ਼ੇਰ ਫਿਰ ਉਸ ਤੋਂ ਬਾਅਦ ਕਹਿੰਦੇ ਨੇ ਕਿ ਪੰਜਾਬ ਭਾਰਤ ਦਾ ਚੰਦ ਹੁੰਦਾ ਸੀ ਪਰ ਅੱਜ ਪੰਜਾਬ ਪਿੱਛੇ ਰਹਿ ਗਿਆ ਉਹਨਾਂ ਨੇ ਕਿਹਾ ਕਿ ਪੰਜਾਬ ਨੂੰ ਲਈ ਤੇ ਨਰਿੰਦਰ ਮੋਦੀ ਅਤੇ ਉਹਨਾਂ ਦੀ ਟੀਮ ਹੀ ਲਿਆ ਸਕਦੀ ਹੈ ਇਹੋ ਹੀ ਮੰਨਰੇਵ ਬਦਲ ਹੈ ਜਾਂ ਫਿਰ ਇਹੋ ਹੀ ਕਾਂਗਰਸ ਹੈ ਜਿਹੜੀ ਜਦੋਂ ਕਿਸਾਨ ਅੰਦੋਲਨ ਚੱਲਿਆ ਸੀ ਤਾਂ ਭਾਜਪਾ ਦੇ ਖਿਲਾਫ ਇਹਨਾਂ ਦੇ ਹਰ ਰੋਜ਼ ਸ਼ਬਦ ਜਿਹੜੇ ਅਖਬਾਰਾਂ ਦੇ ਵਿੱਚ ਪੜਨ ਨੂੰ ਮਿਲਦੇ ਸੀ ਟੀਵੀਆਂ ਦੇ ਉੱਪਰ ਸੁਣਨ ਨੂੰ ਮਿਲਦੇ ਸੀ ਤਾਂ ਹੁਣ ਜੇਕਰ ਅਸੀਂ ਸਿਆਸੀ ਸਫ਼ਰ ਦੀ ਗੱਲ ਕਰੀਏ ਮਨਪ੍ਰੀਤ ਬਾਦਲ ਦੀ ਤਾਂ ਕਦ ਕਿੰਨਾ ਕੋਚਾ ਉਹਨਾਂ ਦਾ ਸੀਵੀ ਕੀ ਹੈ ਕੀ ਕੀ ਰਹਿ ਚੁਕੇ ਹੈ ਉਹਨਾਂ ਦਾ ਸੀਵੀ ਪੰਜ ਵਾਰ ਦੇ ਮੁੱਖ ਮੰਤਰੀ ਰਹਿ ਚੁਕੇ ਪ੍ਰਕਾਸ਼ ਸਿੰਘ ਬਾਦਲ ਦੇ ਭਤੀਜੇ ਹੈ ਮਨਪ੍ਰੀਤ ਬਾਦਲ ਅਕਾਲੀ ਦਲ ਤੋਂ ਹੀ ਇਹਨਾਂ ਨੇ ਆਪਣਾ ਸਿਆਸੀ ਸਫ਼ਰ ਸ਼ੁਰੂ ਕੀਤਾ ਸੀ ਪਹਿਲਾ ਗਿੱਦੜਵਾਹਾ ਹਲਕੇ ਤੋਂ ਵਿਧਾਇਕ ਬਣੇ ਪ੍ਰਕਾਸ਼ ਸਿੰਘ ਦੀ ਬਾਦਲ ਦੀ ਸਰਕਾਰ ਦੇ ਵਿੱਚ ਬਤੌਰ ਵਿੱਤ ਮੰਤਰੀ ਵੀ ਰਹਿ ਚੁੱਕੇ ਨੇ ਮਨਪ੍ਰੀਤ ਬਾਦਲ ਫਿਰ ਅਕਤੂਬਰ 2010 ਦੇ ਵਿੱਚ ਅਕਾਲੀ ਦਲ ਨੇ ਪਾਰਟੀ ਵਿਰੋਧੀ ਗਤੀਵਿਧੀਆਂ ਤਹਿਤ ਮੋਡਲੀ ਮੈਂਬਰਸ਼ਿਪ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ ਇਹਨਾਂ ਨੂੰ ਫਿਰ ਸਾਲ 2011 ਦੇ ਵਿੱਚ ਮਨਪ੍ਰੀਤ ਬਾਦਲ ਆਪਣੀ ਨਵੀਂ ਸਿਆਸੀ ਪਾਰਟੀ ਪੀਪਲਜ਼ ਪਾਰਟੀ ਆਫ ਪੰਜਾਬ ਬਣਾਉਂਦੇ ਨੇ ਭਗਵੰਤ ਮਾਨ ਵੀ ਪੀਪਲਜ਼ ਪਾਰਟੀ ਆਫ ਪੰਜਾਬ ਦਾ ਹਿੱਸਾ ਬਣਦੇ ਆ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਪੀਪਲਜ਼ ਪਾਰਟੀ ਆਫ ਪੰਜਾਬ ਨੂੰ ਕਾਂਗਰਸ ਦੇ ਵਿੱਚ ਰਲਾ ਦਿੱਤਾ ਜਾਂਦਾ ਹੈ ਕਾਂਗਰਸ ਦੀ ਸਰਕਾਰ ਦੇ ਵਿੱਚ ਵੀ ਮਨਪ੍ਰੀਤ ਬਾਦਲ ਵਿੱਤ ਮੰਤਰੀ ਰਹਿੰਦੇ ਨੇ ਤਾਂ ਹੁਣ ਜੇਕਰ ਦੇਖਿਆ ਜਾਵੇ ਤਾਂ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀਆਂ ਦੇ ਵਿੱਚੋਂ ਇੱਕ ਨੇ ਮਨਪ੍ਰੀਤ ਬਾਦਲ ਜੋ ਹੁਣ ਕੈਪਟਨ ਦੇ ਹੀ ਰਾਹੇ ਤੁਰ ਪਏ ਨੇ ਤੇ ਭਾਜਪਾ ਦਾ ਉਹਨਾਂ ਨੇ ਪੱਲਾ ਫੜ ਲਿਆ ਪਾਜਪਾਤ ਦੇ ਵਿੱਚ ਸ਼ਾਮਲ ਹੁੰਦੇ ਸਾਰ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਗੁਣਗਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਗੁਣਗਾਨ ਜਿਹੜੇ ਸ਼ੁਰੂ ਹੋ ਜਾਂਦੇ ਨੇ ਅਮਿਤ ਸ਼ਾਹ ਨੂੰ ਸ਼ੇਰ ਆਖਦੇ ਕਿ ਆਖ ਕੇ ਸੰਬੋਧਨ ਕਰਦੇ ਆ ਤਾਂ ਫਿਰ ਚੀਤਾ ਜਾਂ ਬਾਗ ਕੌਣ ਹੋਵੇਗਾ ਇਹ ਮਨਪ੍ਰੀਤ ਬਾਦਲ ਆਉਣ ਵਾਲੇ ਸਮੇਂ ਦੇ ਵਿੱਚ ਜ਼ਰੂਰ ਦੱਸਣਗੇ ਧੰਨਵਾਦ